ਸਾਡੇ ਸਿੰਘਾਂ ਨੂੰ ਦੇਖ ਕੇ ਲੋਕ ਦੂਰੋਂ ਕੋਈ ਦੇਖ ਕੇ ਖੰਘਦਾ ਨਹੀਂ ਹੈਗਾ, ਤਾਂ ਉਹਨਾਂ ਨੇ ਇਹ ਹਰਕਤ ਕੀਤੀ, ਦਿਲ ਵਲੂੰਦਿਆ ਗਿਆ। ਕੌਣ ਸਾਡੇ ਹੱਕ ਲਈ ਖੜਿਆ ਆ ਕੇ? ਅੱਜ ਦਿਲ ਵਲੂੰਦਿਆ ਗਿਆ ਹੈ ਨਾ, ਜਦੋਂ ਇਸ ਮੋਰਚੇ 'ਚ ਪਹੁੰਚੀ ਕਿ ਸਾਡੇ ਨਾਲ ਇੱਕਣੇ ਹੋਣਾ ਚਾਹੀਦਾ ਹੈ, ਸਾਡੇ ਨਾਲ ਹਮੇਸ਼ਾ ਹੀ ਇੱਕਣੇ ਹੁੰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਆਵਾਜ਼ ਨਹੀਂ ਆਈ, ਸਾਡੇ ਸਿੰਘਾਂ 'ਚ ਬੜਾ ਜੋਸ਼ ਹੈ, ਬੜੀਆਂ ਬੀਬੀਆਂ 'ਚ, ਭੈਣਾਂ 'ਚ, ਮੇਰੀਆਂ 'ਚ, ਭਰਾਵਾਂ 'ਚ, ਸਾਰਿਆਂ 'ਚ ਜੋਸ਼ ਹੈ। ਪਹਿਲਾਂ ਗੜ ਕੇ ਸਾਰੇ ਇੱਕ ਉੱਚੀ ਆਵਾਜ਼ 'ਚ ਬੋਲੋ ਜੀ, ਵਾਹਿਗੁਰੂ ਜੀ ਕਾ ਖਾਲਸਾ। ਹੁਣ ਪਤਾ ਲੱਗਦਾ ਨਾ ਵੀ ਅਸੀਂ ਕੌਮੀ ਇਨਸਾਫ ਮੋਰਚੇ 'ਚ ਆਏ ਹੋਏ ਹਾਂ। ਅੱਜ ਦਿਲ ਵਲੂੰਦਿਆ ਗਿਆ ਹੈ ਨਾ, ਜਦੋਂ ਇਸ ਮੋਰਚੇ 'ਚ ਪਹੁੰਚੀ, ਸੋਚਿਆ ਤਾਂ ਇਹ ਸੀ ਕਿ ਕਈ ਦਿਨ ਪਹਿਲਾਂ ਹੀ ਇਸ ਮੋਰਚੇ 'ਚ ਆ ਜਾਂ, ਕਿਉਂਕਿ ਤਕਰੀਬਨ ਇੱਕ ਮਹੀਨਾ ਹੋ ਚੁੱਕਿਆ ਇਸ ਮੋਰਚੇ ਨੂੰ ਲੱਗੇ ਹੋਏ, ਤਕਰੀਬਨ ਇੱਕ ਮਹੀਨਾ ਹੋ ਚੁੱਕਿਆ ਇਸ ਮੋਰਚੇ ਨੂੰ ਲੱਗੇ ਹੋਏ। ਜਦੋਂ ਗੱਲ ਕਰਦੀ ਹਾਂ ਨਾ, ਸੋਚਦੀ ਸੀ ਕਿ ਮੋਰਚੇ 'ਚ ਜਾਵਾਂ, ਥੋੜ੍ਹੇ ਦਿਨ ਪਹਿਲਾਂ ਹੀ ਇੱਕ ਦੋ ਨੌਜਵਾਨਾਂ ਵੱਲੋਂ ਨਾ ਪਟਿਆਲੇ ਦੇ ਵਿੱਚ ਇੱਕ ਕਾਂਡ ਹੋ ਗਿਆ। ਤੁਸੀਂ ਸੁਣਿਆ ਹੋਣਾ ਕਿ ਦੋ ਜਿਹੜੇ ਸਰਦਾਰ ਨੌਜਵਾਨਾਂ ਨੇ ਇੱਕ ਕੁੜੀ ਨਾਲ ਬਲਾਤਕਾਰ ਕਰਤਾ ਹੈ ਨਾ, ਬੜਾ ਦਿਲ ਬਲੂੰਦਿਆ ਗਿਆ, ਦਿਲ ਨੂੰ ਬੜੀਆਂ ਠੇਸਾਂ ਪਹੁੰਚੀਆਂ ਵੀ ਜਿਹੜੀ ਸਾਡੀ ਸਿੱਖ ਕੌਮ ਦੇ ਉੱਤੇ ਲੋਕ ਇੰਨਾ ਯਕੀਨ ਕਰਦੇ ਨੇ, ਸਾਡੇ ਪੱਗਾਂ ਵਾਲੇ ਸਰਦਾਰ ਬੰਦਿਆਂ ਨੂੰ ਦੇਖ ਕੇ, ਨੌਜਵਾਨਾਂ ਨੂੰ ਦੇਖ ਕੇ, ਸਾਡੇ ਸਿੰਘਾਂ ਨੂੰ ਦੇਖ ਕੇ ਲੋਕ ਦੂਰੋਂ ਕੋਈ ਦੇਖ ਕੇ ਖੰਘਦਾ ਨਹੀਂ ਹੈਗਾ, ਤਾਂ ਉਹਨਾਂ ਨੇ ਹਰਕਤ ਕੀਤੀ, ਦਿਲ ਵਲੂੰਦਿਆ ਗਿਆ। ਅਤੇ ਦੂਜੀ ਗੱਲ ਹੈ ਨਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੋਈ, ਇੰਨਾ ਕੁਛ ਹੋਇਆ, ਸਾਡੇ ਸਿੰਘਾਂ ਨੂੰ ਇੰਨੀਆਂ ਜੇਲ੍ਹਾਂ ਵਿੱਚ ਤਸ਼ੱਦਦ ਸਹਿਣੇ ਪਏ, ਜੇਲ੍ਹਾਂ 'ਚ ਉਹਨਾਂ ਦੀਆਂ ਸਜ਼ਾ ਕੱਟਣ, ਸਜ਼ਾ ਪੂਰੀਆਂ ਹੋਣ ਤੋਂ ਬਾਅਦ ਵੀ ਉਹਨਾਂ ਨੂੰ ਬੰਦ ਕੀਤਾ, ਉਹਨਾਂ ਦੇ ਕੇਸ ਨਾ ਫਾਈਲ ਕੀਤੇ, ਸੁਪਰੀਮ ਕੋਰਟ ਵੱਲੋਂ ਇੰਨੇ ਕਾਨੂੰਨ ਬਣਾਏ, ਪਰ ਕਾਨੂੰਨ ਸਾਡੇ ਕਿਸੇ ਕੰਮ ਨਾ ਆਏ, ਇਹ ਕਾਨੂੰਨ ਸਾਡੇ ਕੋਈ ਕੰਮ ਨਾ ਆਏ, ਕਿਉਂਕਿ ਇਹ ਸਰਕਾਰਾਂ ਨੇ ਸਾਡੇ ਨਾਲ ਸਾਨੂੰ ਕਦੇ ਇਨਸਾਫ ਦਿੱਤਾ ਹੀ ਨਹੀਂ। ਦਿੱਲੀ ਵਾਲੇ ਮੋਰਚੇ 'ਚ ਸਾਡੇ ਕਿੰਨੇ ਨੌਜਵਾਨਾਂ ਨੇ ਸ਼ਹੀਦੀਆਂ ਪ੍ਰਾਪਤ ਕਰੀਆਂ, ਕਿੰਨੇ ਨੌਜਵਾਨਾਂ ਨੇ ਉੱਥੇ ਸ਼ਹੀਦੀਆਂ ਪ੍ਰਾਪਤ ਕਰ ਲਈਆਂ, ਕਿੰਨੇ ਸਾਡੇ ਬੱਚਿਆਂ 'ਤੇ, ਸਿੱਖ ਬੱਚਿਆਂ 'ਤੇ ਝੂਠੇ ਸੱਚੇ ਪਰਚੇ ਦੇ ਕੇ ਉਹਨਾਂ ਨੂੰ ਅੰਦਰ ਕਰਤਾ। ਕੌਣ ਸਾਡੇ ਹੱਕ ਲਈ ਖੜਿਆ ਆ ਕੇ? ਜੇਕਰ ਅਸੀਂ ਆਪਣੇ ਹੱਕ ਸੱਚ ਲਈ ਲੜਦੇ ਹਾਂ, ਸਾਡੇ 'ਤੇ ਝੂਠਾ ਪਰਚਾ ਦੇ ਕੇ ਸਾਨੂੰ ਅੰਦਰ ਕਰ ਦਿੰਦੇ ਨੇ। ਹੁਣ ਅਸੀਂ ਇਸ ਮੋਰਚੇ 'ਚ ਆਏ ਹਾਂ, ਸਾਨੂੰ ਧਮਕੀਆਂ ਦੇ ਦਿੰਦੇ ਨੇ ਫੋਨਾਂ 'ਤੇ, ਜਿਹੜਾ ਅਸੀਂ ਕੋਈ ਮੂਹਰੇ ਅਸੀਂ ਆਗੂ ਬਣਾਈਏ, ਉਸ ਆਗੂ ਦੇ ਬੱਚਿਆਂ ਨੂੰ ਧਮਕੀਆਂ ਦੇ ਦਿੰਦੇ ਨੇ, ਉਹਦੇ ਪਰਿਵਾਰਾਂ ਨੂੰ ਧਮਕੀਆਂ ਦੇ ਦਿੰਦੇ ਨੇ ਕਿ ਸਾਡੇ ਨਾਲ ਇੱਕਣੇ ਹੋਣਾ ਚਾਹੀਦਾ ਹੈ, ਸਾਡੇ ਨਾਲ ਹਮੇਸ਼ਾ ਹੀ ਇੱਕਣੇ ਹੁੰਦਾ ਹੈ। ਪਰ ਮੈਂ ਇੱਕ ਗੱਲ ਦੱਸਣਾ ਚਾਹੁੰਦੀ ਹਾਂ ਸਰਕਾਰ ਨੂੰ, ਅਸੀਂ ਉਹ ਕੌਮ ਹਾਂ ਜਿਹਨੇ ਅੱਜ ਤੱਕ ਈਨ ਨਹੀਂ ਮੰਨੀ ਹੈਗੀ, ਨਾ ਅਸੀਂ ਮੰਨਣੀ ਆ। ਸਿੱਖ ਕੌਮ ਨੇ ਅੱਜ ਤੱਕ ਈਨ ਨਹੀਂ ਮੰਨੀ, ਸਿੱਖ ਕੌਮ ਦਾ ਇਤਿਹਾਸ ਤੁਸੀਂ ਭਾਵੇਂ ਕਿਹਦੇ ਨਾਮ ਕਿਤਾਬਾਂ 'ਚੋਂ ਖਤਮ ਕਰ ਦਿਓ, ਕੋਈ ਗੱਲ ਨਹੀਂ, ਇਤਿਹਾਸ ਖਤਮ ਜਿਹੜਾ ਸਿੱਖ ਕੌਮ ਦਾ ਇਤਿਹਾਸ ਖਤਮ ਕਰਨ ਨਾਲ ਸਿੱਖ ਕੌਮ ਕਦੇ ਖਤਮ ਨਹੀਂ ਹੋ ਸਕਦੀ, ਇਹ ਯਾਦ ਰੱਖਿਓ ਗੱਲ ਨੂੰ, ਕਿ ਜੇਕਰ ਤੁਸੀਂ ਕਿਤਾਬਾਂ 'ਚੋਂ ਸਿੱਖ ਕੌਮ ਦਾ ਇਤਿਹਾਸ ਮਿਟਾ ਦੋਗੇ ਨਾ, ਸਿੱਖ ਕੌਮ ਨਹੀਂ ਖਤਮ ਹੋ ਸਕਦੀ, ਕਿਉਂਕਿ ਸਾਡੇ ਗੁਰੂਆਂ ਨੇ ਤਾਂ ਸਾਨੂੰ ਮਰਨਾ ਸਿਖਾਇਆ, ਉਸ ਜ਼ੁਲਮ ਦੇ ਖਿਲਾਫ ਲੜਨਾ ਸਿਖਾਇਆ, ਅਸੀਂ ਤਾਂ ਲੜਦੇ ਹੀ ਆਏ ਹਾਂ, ਸਾਡੇ ਦਾ ਖੂਨ, ਸਾਡੇ 'ਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਖੂਨ ਦੌੜਦਾ ਏ, ਅਸੀਂ ਵਾਰਿਸ ਹਾਂ ਉਹਨਾਂ ਦੇ, ਅਸੀਂ ਹੁਣ ਤੱਕ ਚਾਹੇ ਸਾਡੇ ਸਿੰਘਾਂ ਨੂੰ ਕੋਈ ਗੱਲ ਨਹੀਂ, ਅੱਤਿਆਚਾਰ ਹੁੰਦੇ ਰਹਿਣ, ਇਹ ਧਰਨਾ ਇਹ ਨਾ ਸਮਝਿਓ ਕਿ ਇਹ ਛੋਟਾ ਮੋਟਾ ਮੋਰਚਾ ਏ, ਇਹ ਮੋਰਚਾ ਬਹੁਤ ਵੱਡੇ ਪੱਧਰ 'ਤੇ ਲੱਗਿਆ ਹੋਇਆ ਏ। ਅਤੇ ਰਹੀ ਗੱਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ, ਮੈਂ ਦੱਸਣਾ ਚਾਹੁੰਦੀ ਹਾਂ ਕਿ ਭਾਈ ਸਾਹਿਬ ਨੇ ਮੈਨੂੰ ਯਾਦ ਕਰਾਤੀ ਗੱਲ,
ਕਿ ਇੰਗਲੈਂਡ ਦੀ ਇੱਕ ਯੂਨੀਵਰਸਿਟੀ ਆ, ਉਹ ਯੂਨੀਵਰਸਿਟੀ ਦੇ ਵਿੱਚ ਇੱਕ ਬਹੁਤ ਵੱਡੀ ਲਾਇਬ੍ਰੇਰੀ ਆ। ਸ਼ਾਇਦ ਤੁਸੀਂ ਮੇਰੇ ਤੋਂ ਬਹੁਤੇ ਲੋਕ ਜਾਣਦੇ ਵੀ ਹੋਵੋਗੇ, ਸੰਗਤ ਨੂੰ ਪਤਾ ਵੀ ਹੋਊਗਾ ਕਿ ਉਸ ਯੂਨੀਵਰਸਿਟੀ ਤੋਂ ਜੇ ਤੁਸੀਂ ਏ ਪਾਰਟ ਤੋਂ ਬੀ ਪਾਰਟ 'ਚ ਜਾਣਾ, ਬੀ ਤੋਂ ਸੀ 'ਚ ਜਾਣਾ, ਤਾਂ ਤੁਹਾਨੂੰ ਅੰਦਰ ਇੱਕ ਕਾਰ ਦੇ ਵਿੱਚ ਬੈਠ ਕੇ ਜਾਣਾ ਹੋਊਗਾ। ਉਹਦੀਆਂ 4 ਜਾਂ 5 ਹੀ ਮੰਜ਼ਿਲਾਂ ਨੇ ਅਤੇ ਸਭ ਤੋਂ ਜਿਹੜੀ ਆਖਰਲੀ ਮੰਜ਼ਿਲ ਆ ਨਾ, ਉੱਥੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਵਿੱਤਰ ਸਰੂਪ ਦਾ ਪ੍ਰਕਾਸ਼ ਕੀਤਾ ਹੋਇਆ। ਉੱਥੇ ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਕੀਤਾ ਅਤੇ ਕਿਸੇ ਨੇ ਸਵਾਲ ਕੀਤਾ ਉਹਨਾਂ ਗੋਰਿਆਂ ਨੂੰ ਵੀ ਤੁਸੀਂ ਦੱਸੋ ਜੀ ਵੀ ਤੁਸੀਂ ਸਭ ਤੋਂ ਉੱਪਰ ਸਿੱਖ ਕੌਮ ਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਕਿਉਂ ਰੱਖਿਆ ਹੈ? ਉਹ ਕਹਿੰਦੇ ਜੀ ਜਿਹੜੇ ਗ੍ਰੰਥ ਦੇ ਵਿੱਚ ਸਾਰੀਆਂ ਗੱਲਾਂ ਸੱਚੀਆਂ ਨੇ ਅਸੀਂ ਉਹਨੂੰ ਸਭ ਤੋਂ ਟੌਪ 'ਤੇ ਰੱਖਿਆ ਹੋਇਆ। ਗੁਰੂ ਗ੍ਰੰਥ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ 'ਚ ਲਿਖਿਆ ਹੋਇਆ ਉਹ ਬਿਲਕੁਲ ਸੱਚ ਹੈ, ਇਸ ਕਰਕੇ ਅਸੀਂ ਉਹਨੂੰ ਟੌਪ 'ਤੇ ਰੱਖਿਆ ਹੋਇਆ। ਸੋ ਮੈਂ ਆਪਣਾ ਜਿਹੜਾ ਸਮਾਂ ਹੈ ਉਹਨੂੰ ਇਜਾਜ਼ਤ ਨਹੀਂ ਦੇ ਰਿਹਾ, ਪਰ ਮੈਂ ਇੰਨਾ ਕਹਿਣਾ ਚਾਹੁੰਦੀ ਹਾਂ ਕਿ ਇਹ ਸਰਕਾਰਾਂ ਸਾਡੇ 'ਤੇ ਜਿੰਨੇ ਮਰਜ਼ੀ ਝੂਠੇ ਸੱਚੇ ਪਾਚੇ ਕਰ ਲੈਣ, ਕੋਈ ਗੱਲ ਨਹੀਂ, ਅਸੀਂ ਨਹੀਂ ਡਰਦੇ ਨਾ ਅਸੀਂ ਡਰਨਾ ਹੈ। ਅਸੀਂ ਆਪਣੇ ਸਿੰਘਾਂ ਨੂੰ ਆਜ਼ਾਦ ਕਰਾ ਲੈਣਾ, ਜੇਲ੍ਹਾਂ 'ਚੋਂ ਬਾਹਰ ਕੱਢ ਲੈਣਾ, ਮੈਨੂੰ ਪਤਾ ਹੈ। ਅਤੇ ਜਿਹੜੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀਆਂ ਕੀਤੀਆਂ ਸੀ ਨਾ, ਉਹਨਾਂ ਪਾਪੀਆਂ ਨੂੰ ਤਾਂ ਜ਼ਰੂਰ ਸਜ਼ਾ ਮਿਲੂਗੀ, ਇਹ ਯਾਦ ਰੱਖਣਾ ਗੱਲ, ਇੱਕ ਨਾ ਇੱਕ ਦਿਨ ਸਜ਼ਾ ਮਿਲਣੀ ਆ ਉਹਨਾਂ ਨੂੰ। ਸੋ ਮੈਂ ਆਪਣੀ ਈ ਜਿਹੜੀ ਬਹੁਤ ਸਭਾ ਨੂੰ ਧੰਨਵਾਦ ਕਰਦੀ ਹਾਂ, ਕਿਉਂਕਿ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਹੈਗਾ, ਅਤੇ ਜਿੰਨੇ ਮਹਿਮਾਨ ਆਏ ਸਭ ਦਾ ਧੰਨਵਾਦ ਕਰਦੀ ਹਾਂ। ਪਰ ਇੱਕ ਗੱਲ ਇਹ ਵੀ ਕਹਿਣਾ ਚਾਹੁੰਦੀ ਹਾਂ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਥੋੜ੍ਹੀ ਜੀ ਉਹਦਾ ਖਾਸ ਖਿਆਲ ਰੱਖੋ ਮਹਾਰਾਜ ਜੀ ਦੇ ਸਰੂਪ ਦਾ, ਕਿ ਮਹਾਰਾਜ ਜੀ ਦਾ ਸਰੂਪ ਆ, ਕੋਈ ਉਲੰਘਣਾ ਨਾ ਕੀਤੀ ਜਾਵੇ ਮਹਾਰਾਜ ਜੀ ਦੇ ਸਰੂਪ ਦੀ। ਇਸ ਕਰਕੇ ਧਿਆਨ ਰੱਖਣਾ ਸਾਰਿਆਂ ਨੇ। ਅਤੇ ਮੋਰਚੇ ਦੇ ਵਿੱਚ ਸਿਰਫ ਜਿਹੜੇ ਮੋਰਚੇ ਦੇ ਗਿਣਵੇਂ ਚੁਣਵੇਂ ਪੁਆਇੰਟਸ ਨੇ ਉਹਨਾਂ 'ਤੇ ਇਹੀ ਬੋਲਣਾ ਹੈ ਸਾਰਿਆਂ ਨੇ। ਸੋ ਬਹੁਤ ਬਹੁਤ ਧੰਨਵਾਦ ਜੀ, ਮੈਂ ਸਾਰੇ ਸਮਾਜ ਵੱਲੋਂ ਇੱਥੇ ਪਹੁੰਚੀ ਹਾਂ। ਸੋ ਬਹੁਤ ਬਹੁਤ ਧੰਨਵਾਦ ਆਪਣਾ ਜਕਾਰਾ ਛੱਡਦੀ ਹੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ